ਕਾ ਸਵਾਲ ਵੀ ਖੜੇ ਹੋ ਗਏ ਨੇ ਕਿਦਾਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜੇਕਰ ਆਪਾਂ ਇਹ ਸਰਕਾਰ ਦੇ ਪਿੱਛੇ ਤੋਂ ਚਾਤ ਮਾਰਗੇ ਤਾਂ ਪਹਿਲਾਂ ਜਿਹੜੇ ਇਹਨਾਂ ਨੇ ਆਮ ਲੋਕ ਜਿਹੜੇ ਸਮਾਜਿਕ ਚਿਹਰੇ ਸੀ ਜੀ ਜਿਹੜੇ ਸਮਾਜ ਦੇ ਵਿੱਚ ਵਿਚਰਦੇ ਸੀ ਉਹਨਾਂ ਦੇ ਉੱਤੇ ਬਾਈ ਨੇਮ ਬਰਚੇ ਕੀਤੇ ਜਿਨ੍ਹਾਂ ਦੇ ਵਿੱਚ ਮੇਰਾ ਨਾਮ ਵੀ ਮੁੱਖ ਤੌਰ ਤੇ ਸੀ ਅੱਜ ਉਹਨਾਂ ਨੇ ਗ੍ਰਿਫਤਾਰੀ ਦੇਣੀ ਹੋਈ ਸੀ ਪਰ ਤੁਹਾਨੂੰ ਕੀ ਲੱਗਦਾ ਕਿਉਂ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਕੋਈ ਇਹ ਲੈਨ ਆਰਡਰ ਨੂੰ ਲੈ ਕੇ ਗੱਲ ਹੋ ਸਕਦੀ ਹੈ ਜਾਂ ਕੋਈ ਹੋਰ ਵੀ ਖਰਚੇ ਲੱਗਦੇ ਆ ਤੁਹਾਨੂੰ ਫੇ ਕਿਉਂ ਤੜਕੇ ਚੱਕ ਲਿਆ ਗਿਆ ਜਦੋਂ ਅਜੋ ਗ੍ਰਿਫਤਾਰੀ ਦੇ ਹੀ ਰਹੇ ਸੀ ਇਹ ਇਸ ਤਰ੍ਹਾਂ ਜਿਹੜੀ ਅਰੈਸਟ ਪੈਣੀ ਜਿਹੜਾ ਇਸ ਤਰ੍ਹਾਂ ਉਹਨਾਂ ਨੂੰ ਘਰ ਤੋਂ ਚੱਕ ਕੇ ਲੈ ਜਾਣਾ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਸਰਕਾਰ ਦੇ ਲਈ ਇਹ ਨਿੰਦਨਯੋਗ ਗੱਲ ਆ ਫਿਰ ਉਲਟਾ ਬਾੜੀ ਖੇਤ ਨੁਕਸਾਨ ਲੱਗ ਗਿਆ ਜਿਹੜੇ ਸਾਡੇ ਪੰਜਾਬ ਦੇ ਰਾਖੇ ਸੀ ਉਲਟਾ ਉਹ ਹੀ ਉੱਠ ਕੇ ਸਾਡੇ ਗੱਲਾਂ ਨੂੰ ਪੈਣ ਲੱਗੇ ਜਿਹੜਾ ਅੱਜ ਤੁਸੀਂ ਸਟੈਂਡ ਕਲਵੀਰ ਜੀਰਾ ਦੇ ਪਿੱਛੇ ਲੈ ਰਹੇ ਹੋ ਇਸ ਸਟੈਂਡ ਦਾ ਮੇਨ ਕਾਰ ਨੇ ਮੰਨ ਲਿਆ ਜਾਵੇ ਕਿ ਨਸ਼ੇ ਦੇ ਵਿਰੁੱਧ ਕਲਵੀਰ ਜੀਰਾ ਨੇ ਆਵਾਜ਼ ਬੁਲੰਦ ਕੀਤੀ ਸੀ ਆਪਣੀ ਸਰਕਾਰ ਦੇ ਵਿੱਚ ਕੀਤੀ ਸੀ ਤੇ ਸਸਪੈਂਡ ਵੀ ਹੋਣਾ ਪਿਆ ਪਾਰਟੀ ਤੋਂ ਮੈਂ ਉਸ ਬੰਦੇ ਦੀ ਸਪੋਰਟਰ ਆ ਜਿਹੜਾ ਮੇਰੇ ਪੰਜਾਬ ਦੇ ਯੂਥ ਨੂੰ ਬਚਾਉਣਾ ਚਾਹੁੰਦਾ ਖੰਡਬਾਣੀ ਪੰਥਕ মিডিਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਜ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਮਾਣ ਹੋਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੱਲ ਕਰ ਲਈਏ ਸਰਦਾਰ ਕੁਲਬੀਰ ਸਿੰਘ ਜੀਰਾ ਸਾਬਕਾ ਐਮਐਲਏ ਨੇ ਤੇ ਫਰੋਜਪੁਰ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਕਿ ਅਜ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਮਹਿਜ਼ ਹੁਣ ਤੋਂ ਕੋਈ 1.5-2 ਘੰਟੇ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਗ੍ਰਿਫਤਾਰੀ ਦਾ ਕਾਰਨ ਇਹ ਹੈ ਕਿ 12 ਤਰੀਕ ਨੂੰ ਉਹਨਾਂ ਦੇ ਉੱਤੇ ਪਰਚੇ ਦਰਜ ਕੀਤਾ ਜਾਂਦਾ ਹੈ ਇਹਨੇ ਚਾਰ ਧਰਾਵਾਂ ਲੱਗਦੀਆਂ ਨੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੀਆਂ ਧਰਾਵਾਂ ਆਦ ਲੱਗਦੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੀਡੀਪੀਓ ਦਫ਼ਤਰ ਜੀਰਾ ਦੇ ਵਿੱਚ ਧਰਨਾ ਲਾਉਂਦੇ ਨੇ ਤੇ ਲਗਭਗ 3 ਦਿਨ ਬੀਡੀਪੀਓ ਦਫ਼ਤਰ ਬੰਦ ਰਹਿੰਦਾ ਗ੍ਰਿਫਤਾਰੀ ਤੋਂ ਬਾਅਦ ਅਸੀਂ ਭੈਣ ਰਮਨਦੀਪ ਕੌਰ ਮਰਖਾਈ ਹੋਰਾਂ ਦੇ ਨਾਲ ਆ ਇਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਪੰਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਪੰਜ ਕਿਦਾਂ ਦੇਖ ਰਹੇ ਹੋ ਕੁਲਵੀਰ ਜੀ ਦੇ ਦੀ ਗ੍ਰਿਫਤਾਰੀ ਤੜਕੇ ਲਗਭਗ 9:30 ਪੰਜ ਵਜੇ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਕਿਦਾਂ ਦੇਖ ਰਹੇ ਆ ਹਾਂ ਜੀ ਮੈਨੂੰ ਵੀ ਸੋਸ਼ਲ ਮੀਡੀਆ ਦੇ ਦਰਾਂ ਨੀ ਪਤਾ ਚੱਲਿਆ ਕਿ ਸਰਦਾਰ ਕੁਲਵੀਰ ਸਿੰਘ ਜੀਰਾ ਦੀ ਜਿਹੜੀ ਉਹ ਗ੍ਰਿਫਤਾਰੀ ਹੋ ਚੁੱਕੀ ਆ ਪਰ ਗ੍ਰਿਫਤਾਰੀ ਦੇ ਨਾਲ ਅਨੇਕਾ ਸਵਾਲ ਵੀ ਖੜੇ ਹੋ ਗਏ ਨੇ ਕਿੱਦਾਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜੇਕਰ ਆਪਾਂ ਇਹ ਸਰਕਾਰ ਤੇ ਪਿੱਛੇ ਤੋਂ ਚਾਤ ਮਾਰਗੇ ਤਾਂ ਪਹਿਲਾਂ ਜਿਹੜੇ ਇਹਨਾਂ ਨੇ ਆਮ ਲੋਕ ਜਿਹੜੇ ਸਮਾਜਿਕ ਚਿਹਰੇ ਸੀ ਜੀ ਜਿਹੜੇ ਸਮਾਜ ਦੇ ਵਿੱਚ ਵਿਚਰਦੇ ਸੀ ਉਹਨਾਂ ਦੇ ਉੱਤੇ ਬਾਈ ਨੇਮ ਪਰਚੇ ਕੀਤੇ ਜਿਨ੍ਹਾਂ ਦੇ ਵਿੱਚ ਮੇਰਾ ਨਾਮ ਵੀ ਮੁੱਖ ਤੌਰ ਤੇ ਸੀ ਜੀ ਅੱਜ ਮੈਨੂੰ ਉਹ ਦੌਰ ਦੁਬਾਰਾ ਯਾਦ ਆ ਪਿਆ ਜਿਵੇਂ ਉਸ ਟਾਈਮ ਤੇ ਜਦੋਂ ਮਾਲਬੋ ਰੋਜ ਇੰਡਸਟਰੀ ਜਿਹੜੀ ਜੀਰਾ ਸ਼ਰਾਬ ਫੈਕਟਰੀ ਸੀ ਉਦੋਂ ਪੰਜ ਨੌਜਵਾਨਾਂ ਨੂੰ ਚੱਕਿਆ ਗਿਆ ਸੀ ਜੀ ਸ਼ਾਮ ਦੇ ਟਾਈਮ ਤੇ ਤੇ ਉਸ ਟਾਈਮ ਤੇ ਵੀ ਉਹਨਾਂ ਨੂੰ ਸੜਕਾਂ ਦੇ ਉੱਤੇ ਹੀ ਰੱਖਿਆ ਗਿਆ ਸੀ ਆ ਗੱਡੀ 'ਚੋਂ ਬਦਲ ਕੇ ਉਹ ਗੱਡੀ ਉਹ ਗੱਡੀ 'ਚੋਂ ਬਦਲ ਕੇ ਉਹ ਗੱਡੀ ਅੱਜ ਜਿਹੜਾ ਕਲਬੀਰ ਸਿੰਘ ਜੀਰਾ ਜੀ ਦੇ ਨਾਲ ਜੋ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਉਹਨਾਂ ਨਾਲ ਵੀ ਇਹੀ ਕੁਝ ਹੋ ਰਿਹਾ ਅੱਛਾ ਸੋ ਗੱਲ ਇਹ ਨਹੀਂ ਗੀ ਗੱਲ ਇੱਥੇ ਆਣ ਕੇ ਮੁੱਕਦੀ ਦੇਖੋ ਨਾ ਤਾਂ ਕਲਬੀਰ ਜੀ ਰਾਜੀ ਮੇਰੇ ਬਹੁਤ ਨੇੜੇ ਹੋ ਨੇ ਤੇ ਇਹ ਪਾਰਟੀ ਮੇਰੇ ਤੋਂ ਬਹੁਤ ਦੂਰ ਆ ਦੇਖੋ ਜਿਹੜਾ ਬੰਦਾ ਸਮਾਜ ਦੀ ਗੱਲ ਕਰਦਾ ਸਮਾਜ ਦੇ ਭਲੇ ਦੀ ਗੱਲ ਕਰਦਾ ਸਮਾਜਿਕ ਜਮਾਤ ਦੀ ਗੱਲ ਕਰਦਾ ਉਹ ਬੰਦਾ ਜਿਹੜਾ ਸਮਾਜ ਦੇ ਵਿੱਚ ਸਹੀ ਵੀ ਮੰਨਿਆ ਜਾਂਦਾ ਤੇ ਸਮਾਜ ਆ ਜਿਹੜਾ ਉਹ ਬੰਦੇ ਨੂੰ ਪਲਕਾਂ ਤੇ ਵੀ ਰੱਖਦਾ ਇਹ ਸਾਡਾ ਇਤਿਹਾਸ ਵੀ ਗਵਾ ਇਨਾਂ ਚੀਜ਼ਾਂ ਦਾ ਗੱਲ ਆ ਸਾਡੇ ਸਮਾਜਿਕ ਤਾਣੇ ਬਾਣੇ ਦੀ ਹੂੰ ਗੱਲ ਆ ਸਾਡੇ ਲੋਕ ਹਿੱਤਾਂ ਦੀ ਹੂੰ ਸੋ ਜਿਸ ਤਰ੍ਹਾਂ ਅ ਕਲਵੀਰ ਜੀਰਾ ਦੀ ਗ੍ਰਿਫਤਾਰੀ ਪਈ ਆ ਹੂੰ 12 ਤਰੀਕ ਨੂੰ ਜੋ ਇਹਨਾਂ ਦਾ ਵੀਡੀਓ ਦਫ਼ਤਰ ਦੇ ਅੱਗੇ ਧਰਨਾ ਲੱਗਦਾ ਜੀ ਧਰਨੇ ਦੇ ਵਿੱਚ ਇਹਨਾਂ ਵੱਲੋਂ ਬਹੁਤ ਸਾਰੇ ਐਲੀਕੇਸ਼ਨ ਲਾਏ ਜਾਂਦੇ ਨੇ ਹੂੰ ਮੈਨੂੰ ਨਹੀਂ ਪਤਾ ਕਿਸ ਮਨਿਆਦ ਤੱਕ ਸਹੀ ਨੇ ਜਾਂ ਕਿਸ ਮਨਿਆਦ ਤੱਕ ਗਲਤ ਨੇ ਹੂੰ ਪਰ ਇਹਨਾਂ ਜ਼ਰੂਰ ਆ ਕਿ ਜਿਹੜੇ ਉਹ ਡਾਟੇ ਸਾਹਮਣੇ ਆਏ ਆ ਉਹਨਾਂ ਦੇ ਮੁਤਾਬਕ ਉਹ ਬਿਲਕੁਲ ਸਹੀ ਵੀ ਨੇ ਬਿਲਕੁਲ ਸੋ ਜਿਵੇਂ ਸੋਸ਼ਲ ਮੀਡੀਆ ਤੇ 2000 ਸੌਰੀ 2023 ਦਾ ਇਹ ਮਸਲਾ ਜਿਹੜਾ ਆ 12 ਤਰੀਕ ਦਾ ਜੀ ਜਿਸ ਤਰ੍ਹਾਂ ਇਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ ਹਮ ਕਲਵੀਰ ਜੀਰਾ ਨੇ ਆਪਦਾ ਪੱਖ ਰੱਖਿਆ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਆਪਦਾ ਪੱਖ ਰੱਖਣਾ ਚਾਹੀਦਾ ਸੀ ਫਿਰ ਲੋਕਾਂ 'ਚ ਹਮ ਬਿਲਕੁਲ ਜੇ ਉਹ ਕਿਤੇ ਕੋਈ ਵੀ ਸ਼ਬਦ ਉੱਚਾ ਨੀਵਾ ਉਤੋਂ ਹੋਇਆ ਸੀ ਇਹਨਾਂ ਲੋਕਾਂ ਨੂੰ ਆਪਦਾ ਪੱਖ ਰੱਖ ਕੇ ਦੱਸਣਾ ਚਾਹੀਦਾ ਸੀ ਨਹੀਂ ਜੀ ਉਹ ਆ ਕਹਿ ਰਿਹਾ ਸੀ ਆ ਕਰ ਰਹੀ ਹੂੰ ਸੋ ਜਿਸ ਤਰ੍ਹਾਂ ਚੋਰਾਂ ਵਾਂਗੂ ਉਹਨੂੰ ਅਰੈਸਟ ਕਰਨਾ ਫਿਰ ਸਭ ਤੋਂ ਵੱਡੀ ਗੱਲ ਕਿ ਜਿੱਥੋਂ ਤੱਕ ਮੇਰੀ ਸੋਚ ਆ ਜਾਂ ਜਿੱਥੋਂ ਤੱਕ ਮੈਂ ਇਹਨਾਂ ਨੂੰ ਦੇਖਿਆ ਜੀਰਾ ਪਰਿਵਾਰ ਨੂੰ ਸਵਰਗਵਾਸੀ ਸਰਦਾਰ ਇੰਦਰਜੀਤ ਸਿੰਘ ਜੀਰਾ ਜੀ ਦੇਖੋ ਪਾਰਟੀ ਦਾ ਕੋਈ ਮੈਟਰ ਨਹੀਂ ਸੀਗਾ ਪਰ ਮੈਨੂੰ ਉਹਨਾਂ ਨੇ ਆਪਦੀ ਤੀ ਨਾਲੋ ਵੱਧ ਕੇ ਮੰਨਿਆ ਜੀ ਸਤਕਾਰ ਦਿੱਤਾ ਸੀ ਉਹਨਾਂ ਨੇ ਉਹ ਚਲੇ ਗਏ ਆਪ ਚਲੇ ਜਾਣਾ ਪਰ ਉਸ ਪਰਿਵਾਰ ਦਾ ਇੱਕ ਏਮ ਰਿਆ ਸੀ ਕਿ ਸੰਗਰਾਂਦ ਵਾਲੇ ਦਿਨ ਉਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਨਕਮਸਤਕ ਹੁੰਦੇ ਹਮ ਅੱਜ ਵੀ ਉੱਥੇ ਜਾਣ ਲਈ ਘਰੋਂ ਅੱਜ ਵੀ ਉੱਥੇ ਦੇਖੋ ਇੱਕ ਸਿੱਖ ਦੀ ਪਰੰਪਰਾ ਉਹ ਉੱਥੇ ਜਾਣ ਲਈ ਘਰ ਤੋਂ ਤਿਆਰ ਹੋਇਆ ਸੀ ਉਹਨੂੰ ਚੱਕਣਾ ਨਾਲੇ ਕਿ ਉਹਦੇ ਵੱਲੋਂ ਕਿਹਾ ਜਾਣਾ ਕਿ ਮੈਂ ਦੇਖੋ ਜਾਂ ਤਾਂ ਪਏ ਕਿ ਨਾ ਵੀ ਉਹ ਬੰਦਾ ਪੰਜਾਬ ਛੱਡ ਕੇ ਭੱਜ ਰਿਹਾ ਸੀ ਜਾਂ ਭਾਰਤ ਛੱਡ ਕੇ ਭੱਜ ਰਿਹਾ ਸੀ ਉਹ ਬੰਦੇ ਨੇ ਬਕਾਇਦਾ মিডিਆ ਦੇ ਵਿੱਚ ਸਰਦਾਰ ਕਲਬੀਰ ਸਿੰਘ ਜੀਰਾ ਜੀ ਨੇ মিডিਆ ਦੇ ਵਿੱਚ ਇਹ ਗੱਲ ਰੱਖੀ ਸੀ ਕਿ ਮੈਂ 17 ਤਰੀਕ ਨੂੰ ਆਪਦੀ ਗ੍ਰਿਫਤਾਰੀ ਦੇ ਰਿਆਂ ਫਿਰ ਇਹੋ ਜਿਹਾ ਕਿਹੜਾ ਡਰ ਸੀ ਇਹੋ ਜਿਹਾ ਕਿਹੜਾ ਮੇਨ ਕਾਰਨ ਸੀ ਵੀ ਉਹਨੂੰ ਜਿਹੜਾ ਅ ਅੱਜ ਸਵੇਰ ਤੜਕਸਰ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਅੱਜ ਉਹਨਾਂ ਨੇ ਗ੍ਰਿਫਤਾਰੀ ਦੇਣੀ ਹੀ ਸੀ ਪਰ ਤੁਹਾਨੂੰ ਕੀ ਲੱਗਦਾ ਕਿਉਂ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਕੋਈ ਲੈਨ ਆਰਡਰ ਨੂੰ ਲੈ ਕੇ ਗੱਲ ਹੋ ਸਕਦੀ ਹੈ ਜਾਂ ਕੋਈ ਹੋਰ ਵੀ ਖਦਸ਼ੇ ਲੱਗਦੇ ਆ ਤੁਹਾਨੂੰ ਵੀ ਕਿਉਂ ਤੜਕੇ ਚੱਕ ਲਿਆ ਗਿਆ ਜਦੋਂ ਅੱਜ ਉਹ ਗ੍ਰਿਫਤਾਰੀ ਦੇ ਹੀ ਰਹੇ ਸੀ ਦੇਖੋ ਜੀ ਅੱਜ ਤਾਂ ਹੁਣ ਮੇਨ ਲੋਕਾਂ ਨੂੰ ਤਾਂ ਜੋ ਉਹਨੇ মিডিਆ ਤੇ ਬੋਲਿਆ ਅੱਜ ਲੋਕਾਂ ਨੂੰ ਉਹ ਚ ਹੀ ਸੱਚ ਲੱਗੂਗੀ ਹਮ ਕਿਉਂਕਿ ਅੱਜ ਲੋਕ ਉਸ ਪੁਆਇੰਟ ਵੱਲ ਜਾਣਗੇ ਵੀ ਉਹਨੇ ਕਿਹਾ ਸੀ ਮੈਂ ਬਹੁਤ ਸਾਰੇ ਖਲਾਸੇ ਕਰੂੰਗਾ ਜਿਆ 101% ਹੁਣ ਲੋਕਾਂ ਦੇ ਮਨਾਂ 'ਚ ਇਹ ਗੱਲ ਆ ਗਈ ਆ ਕਿ ਉਹਨੇ ਖਲਾਸੀ ਹੋ ਸਕਦਾ ਇਸ ਤਰ੍ਹਾਂ ਦੇ ਕਰਨੇ ਹੁਣ ਜਿਹਦੇ ਕਰਕੇ ਇਹਨਾਂ ਨੇ ਪਹਿਲੇ ਹੀ ਉਹਨੂੰ ਉਹਦਾ ਮੂੰਹ ਬੰਦ ਕਰਨ ਲਈ ਉਹਨੂੰ ਅਰੈਸਟ ਕੀਤਾ ਤੁਸੀਂ ਦੇਖੋ ਸੁਖਪਾਲ ਸੁਖਪਾਲ ਸਿੰਘ ਖਹਿਰਾ ਜੀ ਨੂੰ ਪਿਛਲੇ ਦਿਨੀਂ ਅਰੈਸਟ ਕੀਤਾ ਗਿਆ ਅੱਛਾ ਫਿਰ ਪ੍ਰਸ਼ਾਸਨ ਹੁੰਦਾ ਸਿਵਲ 'ਚ ਹਮ ਦੇਖੋ ਇੱਕ ਤਾਂ ਹੁੰਦਾ ਨਾ ਬੰਦਾ ਵੀ ਕ੍ਰਿਮੀਨਲ ਹੈ ਇਹਦਾ ਬੈਕਗ੍ਰਾਉਂਡ ਕ੍ਰਿਮੀਨਲ ਆ ਹਮ ਜਾਇਨੇ ਕੁਛ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਹੜਾ ਸਾਡੇ ਸਮਾਜ ਲਈ ਹਮ ਘਾਤ ਕੋ ਸਕਦਾ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਪਰ ਫਿਰ ਵੀ ਇਸ ਤਰ੍ਹਾਂ ਜਿਹੜੀ ਅਰੈਸਟ ਪੈਣੀ ਜਿਹੜਾ ਇਸ ਤਰ੍ਹਾਂ ਉਹਨਾਂ ਨੂੰ ਘਰ ਤੋਂ ਚੱਕ ਕੇ ਲੈ ਜਾਣਾ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਸਰਕਾਰ ਦੇ ਲਈ ਇਹ ਨਿੰਦਨਯੋਗ ਗੱਲ ਆ ਦੇਖੋ ਲੋਕ ਕੱਲ ਵੀ ਇਹ ਨਹੀਂ ਕਿ ਕਲਵੀਰ ਜੀ ਦਾ ਨਾਂ ਲੋਕ ਨਹੀਂ ਜੁੜੇ ਲੋਕ ਅੱਜ ਵੀ ਠਾ ਠਾਕ ਜੁੜੇ ਨੇ ਤੁਸੀਂ ਸੋਸ਼ਲ ਮੀਡੀਆ ਸਾਈਡ ਖੋਲ ਕੇ ਦੇਖੋ ਲੋਕਾਂ ਨੇ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਇਸ ਖਬਰ ਨੂੰ ਜਿਹੜਾ ਫੈਲਾਇਆ ਹੋਇਆ ਅੱਛਾ ਜਿਹੜਾ ਮੰਨ ਲਓ 2 ਘੰਟੇ ਤੋਂ ਉੱਤੇ ਦਾ ਸਮਾਂ ਹੁਣ ਹੋ ਗਿਆ ਗ੍ਰਿਫਤਾਰੀ ਨੂੰ ਜੀ ਤੇ ਅਜੇ ਤੱਕ ਜਿੱਦਾਂ ਪਹਿਲਾਂ ਇੱਕ ਥਾਣੇ ਫਿਰ ਦੂਜੇ ਥਾਣੇ ਤੇ ਹੁਣ ਤੁਸੀਂ ਦੱਸਿਆ ਜਿੱਦਾਂ ਤੁਹਾਨੂੰ ਪਤਾ ਲੱਗਿਆ ਕਿ ਸੜਕਾਂ ਤੇ ਲਈ ਫਿਰਦੇ ਆ ਪੁਲਿਸ ਵਾਲੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਹੋ ਇੱਕ ਨਮਾਇੰਦਾ ਰਹੇ ਨੇ ਉਹ ਐਮਐਲਐਨ ਸਾਹਿਬ ਦਾ ਤੇ ਫਰੋਹੀਪੁਰ ਤੋਂ ਕਾਂਗਰਸ ਦੇ ਪ੍ਰਧਾਨ ਵੀ ਨੇ ਜੇ ਅਜਿਹੇ ਵਿਅਕਤੀਆਂ ਦੇ ਨਾਲ ਅਜਿਹਾ ਵਤੀਰਾ ਜਿਹੜਾ ਹੈਗਾ ਉਹ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਤੇ ਆਮ ਲੋਕਾਂ ਦੇ ਨਾਲ ਕੀ ਹੁੰਦਾ ਹੋਊਗਾ ਇਸ ਮਸਲੇ ਨੂੰ ਕਿਦਾਂ ਇਸ ਚੀਜ਼ ਨੂੰ ਕਿਦਾਂ ਦੇਖ ਰਹੇ ਹੋ ਤੁਸੀਂ ਦੇਖੋ ਜੀ ਏਸੀ ਇੰਨੇ ਦਾ ਇਹ ਚੀਜ਼ ਕਰਤੀ ਵੀ ਇਹ ਤਾਨਾਸ਼ਾਹੀ ਰਾਜ ਨਾਲੋਂ ਘੱਟ ਨਹੀਂ ਅੱਛਾ ਜੇ ਲੀਡਰਸ਼ਿਪ ਤੇ ਇਹ ਚੀਜ਼ ਹੋ ਸਕਦੀ ਹੈ ਜਿਹੜੇ ਆਮ ਨਮਾਇੰਦੇ ਉਹਨਾਂ ਦਾ ਕੀ ਬਣੂਗਾ ਬਿਲਕੁਲ ਉਲਟਾ ਵਾਰੀ ਗੇਤ ਨੂੰ ਕਾਨ ਲੱਗੀ ਜਿਹੜੇ ਸਾਡੇ ਪੰਜਾਬ ਦੇ ਰਾਖੇ ਸੀ ਉਲਟਾ ਉਹ ਹੀ ਉੱਠ ਕੇ ਸਾਡੇ ਗੱਲਾਂ ਨੂੰ ਪੈਣ ਲੱਗੇ ਹਾਂ ਮੈਂ ਨਾਲ ਫਿਰ ਜ਼ਿਕਰ ਕਰਦੀ ਹਾਂ ਤੁਹਾਨੂੰ ਲੱਗਦਾ ਸੀ ਇਹਦੇ 'ਚ ਕੋਈ ਕਮੀ ਹੈ ਕੋਈ ਵੀ ਗੱਲ ਆ ਤੁਸੀਂ মিডিਆ ਜਿਹੜਾ মিডিਆ ਚੌਥਾ ਦਮ ਫਰੰਟ ਇਹਨਾਂ ਦਾ ਵੀ ਉਹ ਆ ਤੁਹਾਡਾ ਵੀ ਉਹ ਆ ਤੁਸੀਂ মিডিਆ ਤੇ ਆ ਕੇ ਗੱਲ ਰੱਖਦੇ ਤੁਸੀਂ ਗੱਲ ਕਰਦੇ মিডিਆ ਤੇ ਆ ਕੇ ਕੀ ਇਹ 2024 ਦੇ ਇਲੈਕਸ਼ਨ ਲਈ ਸਟੰਟ ਬਾਜ਼ੀਆਂ ਨਹੀਂ ਹੋ ਰਹੀਆਂ ਪੰਜਾਬ ਦੇ ਵਿੱਚ ਬਿਲਕੁਲ ਜੇ ਆਪਾਂ ਗ੍ਰਿਫਤਾਰੀ ਦੀ ਗੱਲ ਕਰੀਏ ਮੰਨ ਲਓ ਗ੍ਰਿਫਤਾਰ ਹੀ ਕਰਨਾ ਸੀ ਤਾਂ ਜਿੱਥੇ ਧਰਨਾ ਲੱਗਿਆ ਹੋਇਆ ਸੀ ਜਿਹੜਾ ਬਲਾਕ ਹੈਗਾ ਵੀਡੀਓ ਦਫ਼ਤਰ ਹੈਗਾ ਥਾਣਾ ਸਿਟੀ ਤੋਂ ਮਹਿਜ਼ ਥਾਣਾ ਸਦਰ ਤੋਂ ਮਹਿਜ਼ ਮੈਨੂੰ ਲੱਗਦਾ 200 ਮੀਟਰ ਦੀ ਦੂਰੀ ਹੋਣੀ ਹੈ ਤੇ ਉਸ ਦਿਨ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਫਿਰ ਕਰ ਲੈਂਦੇ ਉਸ ਦਿਨ ਉਹੀ ਤਾਂ ਗੱਲ ਹੈ ਨਾ ਗੱਲ ਫਿਰ ਉੱਥੇ ਆ ਜਾਂਦੀ ਆ ਵੀ ਜੇ ਤੁਸੀਂ ਇਹਨਾਂ ਨੂੰ ਅਰੈਸਟ ਹੀ ਕਰਨਾ ਸੀ ਤੁਹਾਨੂੰ ਲੱਗਦਾ ਸੀ ਇਹ ਰੋਂਗ ਕਰ ਰਹੇ ਆ ਤੁਸੀਂ ਜਿਸ ਦੇ ਨਹੀਂ ਧਰਨਾ ਲਾਇਆ ਸੀ ਇਹਨਾਂ ਨੇ ਤੁਸੀਂ ਉੱਥੇ ਹੀ ਅਰੈਸਟ ਕਰਦੇ ਚਲੋ ਮੰਨ ਲਓ ਤੁਸੀਂ ਕਹਿ ਰਹੇ ਹੋ ਤੁਹਾਡੇ ਮਨ 'ਚ ਹੋਗਾ ਕਿ ਉਥੇ ਗੈਦਰਿੰਗ ਨਹੀਂ ਕਰ ਸਕਦੇ ਸੀ ਉਸ ਤੋਂ ਬਾਅਦ ਕਲਵੀਰ ਜੀ ਰ ਘਰ ਆਇਆ ਸੀ ਦੇਖੋ ਮੇਰਾ ਵੱਡਾ ਵੀਰ ਆ ਉਹ ਚਾਹੇ ਉਹ ਆ ਚਾਹੇ ਕੋਈ ਵੀ ਆ ਸਮਾਜ ਦੇ ਵਿੱਚ ਮੈਂ ਹਰ ਇੱਕ ਨੂੰ ਸਤਿਕਾਰ ਦਿੰਦਾ ਗੱਲ ਇਹ ਨਹੀਂ ਗੱਲ ਇਹ ਕਿ ਦੇਖੋ ਮੈਂ ਰਾਜਨੀਤੀ ਤੋਂ ਬਹੁਤ ਦੂਰ ਆ ਪਰ ਗੱਲ ਇਹ ਸੱਚ ਤੇ ਝੂਠ ਦੀ ਗੱਲ ਆ ਇਹ ਤੇ ਮੈਨੂੰ ਲੱਗਾ ਕਿ ਮੈਨੂੰ ਬੋਲਣਾ ਚਾਹੀਦਾ ਕਿਉਂ ਬੋਲਣਾ ਚਾਹੀਦਾ ਉਹ ਹੁਣ ਤੁਹਾਨੂੰ ਮੈਂ ਕਹਨ ਦੱਸਦੀ ਆ ਬੋਲਣਾ ਇਸ ਕਰਕੇ ਚਾਹੀਦਾ ਭਾਈ ਜੀ ਵੀ ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਅਰੈਸਟ ਹੋਣ ਲਈ ਤਿਆਰ ਆ ਉਹਨੂੰ ਚੋਰਾ ਵਾਂਗੂ ਕਿਉਂ ਫੜਿਆ ਗਿਆ ਇਹ ਬਹੁਤ ਵੱਡਾ ਸਵਾਲ ਆ ਸਾਡੇ ਪ੍ਰਸ਼ਾਸਨ ਦੇ ਉੱਤੇ ਵੀ ਇਹ ਬਹੁਤ ਵੱਡਾ ਮਾਨ ਸਾਹਿਬ ਤੁਹਾਡੀ ਸਰਕਾਰ ਤੇ ਵੀ ਸਵਾਲ ਆ ਸੀਐਮ ਸਾਹਿਬ ਇਹ ਤੁਹਾਡੇ ਤੇ ਵੀ ਸਵਾਲ ਆ ਇਹਦਾ ਜਨਤਾ ਜਵਾਬ ਮੰਗ ਰਹੀ ਆ ਤੁਹਾਡੇ ਤੋਂ ਅੱਜ ਬਹੁਤ ਸਾਰੇ ਲੋਕਾਂ ਦੇ ਕਮੈਂਟ ਆ ਜਾਣੇ ਆ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦੇਣੀ ਹੈ ਕਿ ਭੈਣ ਕਾਂਗਰਸ ਦੇ ਪੱਖ ਵਿੱਚ ਖੜ ਗਈ ਹੈ ਜੋ ਉਹਨਾਂ ਲੋਕਾਂ ਕੀ ਕਹੋਗੇ ਦੇਖੋ ਜੀ ਸਮੇਂ-ਸਮੇਂ ਤੇ ਜਿਹੜੇ ਲੋਕ ਇਹ ਗੱਲ ਕਹਿਣੀ ਕਹਿਣਗੇ ਕਿ ਕਾਂਗਰਸ ਦੇ ਪੱਖ 'ਚ ਖੜ ਗਈ ਹੈ ਤੁਸੀਂ ਇਹ ਦੇਖੋ ਅਕਾਲੀ ਦਲ ਦੇ ਮਨਪ੍ਰੀਤ ਆਯਾਲੀ ਨੇ ਸਹੀ ਕੰਮ ਕੀਤਾ ਸੀ ਭੈਣ ਉਦੋਂ ਉਹਦੇ ਹੱਕ 'ਚ ਖੜੀ ਹਾਂ ਕਾਜਵੀ ਮੈਂ ਨੂੰ ਨਹੀਂ ਪਤਾ ਬੈਕਗ੍ਰਾਉਂਡ ਤੇ ਕੀ ਹੋਊਗਾ ਪਰ ਮੈਨੂੰ ਇਹ ਪਤਾ ਵੀ ਉਹਨੇ ਉਹਨਾਂ ਲੋਕਾਂ ਲਈ ਖੜਾ ਹੋਇਆ ਸੀ ਜਿਨ੍ਹਾਂ ਦੀ ਬਾਹ ਕਿਸੇ ਨੇ ਨਹੀਂ ਸੀ ਬੜੀ ਇਹਦਾ ਮਤਲਬ ਫਿਰ ਮੈਂ ਕਾਲੀ ਦਲ ਦੀ ਝੋਲੀ ਪੇਗੀ ਸੀ ਉਹਨੂੰ ਅੱਛਾ ਆਮ ਆਦਮੀ ਪਾਰਟੀ ਜਦੋਂ ਬਾਜ਼ਾਰਤ ਦੇ ਵਿੱਚ ਨਹੀਂ ਸੀ ਆਈ ਉਦੋਂ ਕੁਛ ਚਿਹਰੇ ਜਿਹੜੀ ਮੇਰੀ ਨਿਗਾਚ ਸਹੀ ਸੀ ਉਹਨਾਂ ਨੂੰ ਮੈਂ ਕਿਹਾ ਸੀ ਜੇ ਇਹ ਚਿਹਰੇ ਆਉਂਦੇ ਨੇ ਅਸੀਂ ਵੈਲਕਮ ਕਰਦੇ ਆਂ ਇਹਨਾਂ ਦਾ ਕਿ ਉਦੋਂ ਮੈਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਸੀ ਅੱਜ ਗੱਲ ਕਾਂਗਰਸ ਦੀ ਆ ਮੈਂ ਤਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਭੈਣ ਤਾਂ ਤਾਂ ਝੋਲੀ 'ਚ ਪਾਉਗੀ ਨਾ ਜੇ ਭੈਣ ਨੇ ਕਿਸੇ ਨੂੰ ਵੋਟ ਪਾਈ ਹੋਊਗੀ ਮੇਰੇ ਤਾਂ ਜੋ ਹਸਬੰਡ ਦੀ ਡੈਥ ਹੋਈ ਹੈ ਮੈਂ ਤਾਂ ਬਾਈਕਾਟ ਕੀਤਾ ਮੇਰੇ ਕਿਸੇ ਪਾਰਟੀ ਨੂੰ ਵੀ ਵੋਟ ਨਹੀਂ ਪਾਉਂਦੀ ਅੱਛਾ ਵੋਟ ਪਾਉਂ ਜਾਂਦੀ ਨਹੀਂ ਨਹੀਂ ਬਿਲਕੁਲ ਨਹੀਂ ਆਪਾਂ ਉਸ ਤੋਂ ਬਾਅਦ ਵੋਟ ਨਹੀਂ ਪਾਈ ਕਿਉਂ ਨਹੀਂ ਮੈਨੂੰ ਸਿਸਟਮ ਚੰਗਾ ਲੱਗਾ ਮੈਂ ਨਹੀਂ ਪਾਈ ਹਾਂ ਬਹੁਤੇ ਲੋਕਾਂ ਨੇ ਤੇਰੀ ਇੱਕ ਵੋਟ ਨਾਲ ਕੋਈ ਜਿੱਤ ਜੂਜਾ ਹਾਰ ਜੂ ਬੂੰਦ-ਬੂੰਦ ਨਾਲ ਸਾਗਰ ਭਰਦਾ ਤੇ ਬੂੰਦ-ਬੂੰਦ ਕੱਢਨ ਨਾਲ ਖਾਲੀ ਵੀ ਹੁੰਦਾ ਹੂੰ ਬਿਲਕੁਲ ਸੋ ਗੱਲ ਇਹ ਨਹੀਂ ਕਿ ਅੱਜ ਕਾਂਗਰਸ ਦੀ ਕਾਂਗਰਸ ਦੀ ਤੁਸੀਂ ਗੱਲ ਨਹੀਂ ਕੀਤੀ ਮੈਂ ਤਾਂ ਗੱਲ ਇੱਕ ਕੇਵਲ ਇਨਸਾਨ ਦੀ ਕੀਤੀ ਹੈ ਕੁਲਵੀਰ ਸਿੰਘ ਜੀਰਾ ਦੀ ਗੱਲ ਹੋਈ ਹੈ ਨਾਲੇ ਕਿ ਮੈਂ ਉਹਦਾ ਜਿਹੜਾ ਪੱਖ ਆ ਉਹ ਕਿਸੇ ਪਾਰਟੀ ਨੂੰ ਲੈ ਕੇ ਪੱਖਵਾਜੀ ਨਹੀਂ ਹੁੰਦੀ ਨਾਲੇ ਜਦੋਂ ਕੁਲਵੀਰ ਸਿੰਘ ਜੀਰਾ ਦੀ ਸਰਕਾਰ ਜਦੋਂ ਕਾਂਗਰਸ ਸਰਕਾਰ ਸੀ ਜਦੋਂ ਜੀਰਾ ਸਾਹਿਬ ਐਮਐਲਏ ਸੀ ਉਦੋਂ ਕੁਝ ਗਲਤ ਹੁੰਦਾ ਸੀ ਤਾਂ ਭੈਣ ਉਹਦੋਂ ਆਲੋਚਨਾ ਕਰ ਹਾਂ ਤੁਸੀਂ ਗਵਾਹ ਹੋ ਤੁਸੀਂ ਵੀ ਇਸ ਚੀਜ਼ ਦੇ ਗਵਾਹ ਹੋ ਕਿ ਜਿੱਥੇ ਉਹਦੀ ਸਰਕਾਰ ਚ ਉਹਦੇ ਰੱਜ ਗਲਤ ਹੁੰਦਾ ਸੀ ਮੈਂ ਉਹਨੂੰ ਵੀ ਕਹਿੰਦੀ ਸੀ ਵੀ ਭਾਈ ਸਭਾ ਤੂੰ ਗਲਤ ਕਰ ਰਿਹਾ ਪਰ ਅੱਜ ਉਹ ਬੰਦਾ ਸਹੀ ਸੀ ਸਹੀ ਕਿਉਂ ਸੀ ਦੇਖੋ ਮੈਨੂੰ ਨਹੀਂ ਪਤਾ ਬੈਕਗ੍ਰਾਉਂਡ ਤੇ ਕੀ ਹੋਇਆ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ ਪਰ ਅੱਜ ਸਾਡੀ ਨਜ਼ਰ ਚ ਜੋ ਅਸੀਂ ਮੀਡੀਆ ਤੇ ਦੇਖਿਆ ਜਾਂ ਜੋ ਅਸੀਂ ਉਹਨੂੰ ਪਿੰਡਾਂ ਦੇ ਵਿੱਚ ਉਹਦੇ ਵਰਤੀਰੇ ਨੂੰ ਲੈ ਕੇ ਦੇਖਿਆ ਅਸੀਂ ਕਹਿੰਦੇ ਹਾਂ 100% ਸਹੀ ਸੀ ਹੂੰ ਬਿਲਕੁਲ ਦੇਖੋ ਝੀੜਾ ਬੰਦਾ ਕਹਿ ਰਿਹਾ ਮੈਂ ਗ੍ਰਿਫਤਾਰੀ ਦੇ ਰਿਆਂ ਉਸ ਬੰਦੇ ਨੂੰ ਚੋਰਾ ਵਾਂਗੂ ਚੱਕਣਾ ਇਹ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਕਿ ਉਸ ਬੰਦੇ ਨੂੰ ਇਸ ਤਰ੍ਹਾਂ ਕਿਉਂ ਚੱਕਿਆ ਗਿਆ ਜਿਆਦਾ ਹੁਣ ਸਾਡੇ ਲੋਕਾਂ ਦੇ ਮਨਾਂ 'ਚ ਤਾਂ ਇਹ ਆ ਵੀ ਖਵਣੀ ਉਹ ਕਿਹੜੇ ਖਲਾਸੇ ਸੀ ਜਦੋਂ ਆ ਜਦੋਂ ਧਰਨਾ ਲੱਗਿਆ ਹੋਇਆ ਸੀ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਦਾ ਕਹਿਣਾ ਸੀਗਾ ਕਿ ਜਿਹੜੀ ਸਰਕਾਰ ਆ ਕੁਲਵੀਰ ਸਿੰਘ ਜੀ ਦਾ ਦੇ ਖਿਲਾਫ ਜਿਹੜੀ ਜਾਂਚ ਆ ਉਹ ਕਰ ਰਹੀ ਹੈ ਜਿਹੜਾ ਰੇਤਾਂ ਨੂੰ ਲੈ ਕੇ ਜਾਂ ਹੋਰ ਕਹਿੰਦੇ ਵੀ ਕੁਝ ਘਟਾਲੇ ਹੋਏ ਨੇ ਉਹਨਾਂ ਨੂੰ ਲੈ ਕੇ ਅਸੀਂ ਆ ਕਹਿਣਾ ਸੀਗਾ ਕਿ ਇਹਨੂੰ ਪੁਲਿਸ ਨੇ ਜਲਦੀ ਚੱਕ ਲੈਣਾ ਆ ਇਸੇ ਕਰਕੇ ਕੁਲਵੀਰ ਸਿੰਘ ਜੀ ਦਾ ਤਰਨਾ ਲਗਾ ਰਹੇ ਨੇ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਪਰ ਉਹ ਕਹਿ ਰਹੇ ਸੀ ਕਿ ਮੈਨੂੰ ਤੁਸੀਂ ਗ੍ਰਿਫਤਾਰ ਜਦੋਂ ਮਰਜ਼ੀ ਕਰ ਸਕਦੇ ਹੋ ਮੈਂ ਇੱਥੇ ਬੈਠਾ ਹੋਇਆ ਲੱਗਦਾ ਹੈ ਕਿ ਸਰਕਾਰ ਹੁਣ ਜਿਵੇਂ ਗ੍ਰਿਫਤਾਰੀ ਹੋ ਗਈ ਹੈ ਹੁਣ ਹੋਰ ਵੀ ਕੇਸ ਪਾ ਕੇ ਉਲਝਾਇਆ ਜਾ ਸਕਦਾ ਲੰਮੇ ਸਮੇਂ ਲਈ ਖਲਬੀਰ ਸਿੰਘ ਜੀਰਾ ਦੇਖੋ ਭਾਈ ਜੀ ਕੁਝ ਵੀ ਹੋ ਸਕਦਾ ਜਿਸ ਕੀ लाठी ਉਸ ਕੀ ਬੱਤ ਜੀਰੇ ਹੱਥ ਚ ਪਾਵਰ ਹੈ ਉਹ ਕੁਝ ਵੀ ਕਰ ਸਕਦਾ ਸੋ ਗੱਲ ਆ ਦੇਖੋ ਜੇ ਕਲਵੀਰ ਜੀਰਾ ਨੇ ਮਾਈਨਿੰਗ ਕੀਤੀ ਹੈ ਮਰੇਤਾ ਦਾ ਕੰਮ ਚਲਾਇਆ ਤੇ ਜੇ ਉਹ ਦੋਸ਼ੀ ਹੈ ਤਾਂ ਉਹ ਡਿਸਰਵ ਕਰਦਾ ਹੂੰ ਹੋਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਪਰ ਇਸ ਤੋਂ ਪਿੱਛੇ ਜਾਤ ਮਾਰੋ ਆਪਦੀ ਮੌਜੂਦਾ ਸਰਕਾਰ ਦੇ ਵਿੱਚ ਇੱਕ ਕੁਲਵੀਰ ਸਿੰਘ ਜੀਰਾ ਸੀ ਜੀਨੇ ਨਸ਼ੇ ਦੇ ਖਿਲਾਫ ਆਵਾਜ਼ ਉਠਾਈ ਸੀ ਹੂੰ ਬਿਲਕੁਲ ਫਰੋਜਪੁਰ ਦੇ ਵਿੱਚ ਫਰੋਜਪੁਰ ਦੇ ਵਿੱਚ ਭਾਰੇ ਪੜ ਦੇ ਵਿੱਚ ਤੇ ਉਹਦਾ ਉਹਨੂੰ ਖਮਿਆਜਾ ਵੀ ਭੁਗਤਣਾ ਪਿਆ ਫਿਰ ਮੈਂ ਕਹਿੰਦੀ ਆ ਸਾਡੇ ਲੋਕ ਝੁਕਦੇ ਬੱਲੜੇ ਦੇ ਪਰੂ ਆ ਉਦੋਂ ਕੁਲਵੀਰ ਜੀਰਾ ਦੇ ਹੱਕ ਚ ਕਿਉਂ ਨਾ ਲੋਕ ਖੜੇ ਹੂੰ ਅਸੀਂ ਕਹਿੰਦੇ ਆ ਲੀਡਰਸ਼ਿਪ ਸਾਡੇ ਹੱਕਾਂ ਲਈ ਨਹੀਂ ਖੜਦੀ ਅਸੀਂ ਕਿੰਨਾ ਕ ਖੜੇ ਉਦੋਂ ਨਾਲੇ ਕਿ ਅੱਜ ਨਸ਼ਾ ਉਦੋਂ 4 ਗੁਣਾ ਵੱਧ ਗਿਆ ਜੀ ਹੂੰ ਸੋ ਗੱਲ ਪਤਾ ਕੀ ਹੈ ਕਈਆਂ ਪਰਿਵਾਰਾਂ ਦੇ ਵਿੱਚ ਖਾਂਦਾਨੀ ਇਹ ਚੀਜ਼ ਹੁੰਦੀ ਹੈ ਸਟੈਂਡ ਲੈਣਾ ਹੂੰ ਕਿਦਾ ਅੱਜ ਤੁਸੀਂ ਸਟੈਂਡ ਕੁਲਵੀਰ ਜੀਰਾ ਦੇ ਪਿੱਛੇ ਲੈ ਰਹੇ ਹੋ ਇਸ ਸਟੈਂਡ ਦਾ ਮੇਨ ਕਾਰਨ ਇਹ ਮੰਨ ਲਿਆ ਜਾਵੇ ਕਿ ਨਸ਼ੇ ਦੇ ਵਿਰੁੱਧ ਕੁਲਵੀਰ ਜੀਰਾ ਨੇ ਆਵਾਜ਼ ਬੁਲੰਦ ਕੀਤੀ ਸੀ ਆਪਣੀ ਸਰਕਾਰ ਦੇ ਵਿੱਚ ਕੀਤੀ ਸੀ ਤੇ ਸਸਪੈਂਡ ਵੀ ਹੋਣਾ ਪਿਆ ਪਾਰਟੀ ਤੋਂ ਤੇ ਬੜੇ سارے ਲੋਕਾਂ ਨੇ ਚੰਡੀਗੜ੍ਹ ਨੂੰ ਗੱਡੀਆਂ ਖਿੱਚਦੀਆਂ ਸੀ ਕਿ ਕੁਲਵੀਰ ਜੀਰਾ ਹੁਣ ਬਾਹਰ ਹੋ ਜਾਵੇਗਾ ਤੇ ਸ਼ਾਇਦ ਸਾਨੂੰ ਮੌਕਾ ਮਿਲ ਜਾਵੇਗਾ ਬਿਲਕੁਲ ਜੀ ਮੈਂ ਚਾਹੇ ਦੇਖੋ ਆ ਜ ਕੁਲਵੀਰ ਜੀਰਾ ਕੁਲਵੀਰ ਜੀਰਾ ਨੇ ਸਟੈਂਡ ਜਿਵੇਂ ਉਸੇ ਇੱਕ ਗੱਲ ਦੀ ਕਦਰ ਕਰਦੀਆਂ ਹੂੰ ਹੋਰ ਨਹੀਂ ਮੈਂ ਕੋਈ ਵੀ ਲੈਣਾ ਦੇਣਾ ਮੈਂ ਉਸ ਪੁਆਇੰਟ ਦੀ ਕਦਰ ਕਰਦੀ ਆਂ ਵੀ ਉਸ ਦਿਨ ਇੱਕ ਇਹੀ ਨੌਜਵਾਨ ਮੇਰਾ ਵੱਡਾ ਵੀਰ ਸੀ ਜਿਹਨੇ ਸਟੈਂਡ ਲਿਆ ਸੀ ਇਹ ਨਹੀਂ ਆਉਣ ਵਾਲੇ ਸਮੇਂ 'ਚ ਇਹ ਹੁਣ ਆਮ ਆਦਮੀ ਪਾਰਟੀ ਦਾ ਬਾਈ ਜੀ ਲਾਡੀ ਢੋਸਾ ਇਹਨਾਂ ਨੂੰ ਜਿੱਥੇ ਵੀ ਇਹਨਾਂ ਦੇ ਏਰੀਆ 'ਚੋਂ ਮੈਨੂੰ ਕਾਲ ਆ ਜਾਏ ਕੋਈ ਵੀ ਫਲਾਣੀ ਤਾਂ ਨਸ਼ਾ ਵੇਚਦਾ ਮੈਂ ਫੋਨ ਕਰਾਂ ਯਕਦਮ ਐਕਸ਼ਨ ਲੈਂਦੇ ਨੇ ਹੁਣ ਇਹ ਕਹੋਗੇ ਕਿ ਮੈਂ ਆਮ ਆਦਮੀ ਪਾਰਟੀ ਦੇ ਪੱਲੜੇ ਚੋਂ ਗਈ ਨਹੀਂ ਚਾਹੇ ਭਰਾ ਮੇੜਾ ਬੰਦਾ ਨਸ਼ੇ ਦੇ ਖਿਲਾਫ ਆਵਾਜ਼ ਚੱਕਦਾ ਚਾਹੇ ਉਹ ਕਾਲੀ ਆ ਚਾਹੇ ਉਹ ਕਾਂਗਰਸੀ ਆ ਚਾਹੇ ਉਹ ਆਮ ਆਦਮੀ ਪਾਰਟੀ ਦਾ ਚਾਹੇ ਉਹ ਭਾਜਪਾ ਦਾ ਚਾਹੇ ਉਹ ਧਰਮਿਕ ਜਥੇਬੰਦੀ ਦਾ ਚਾਹੇ ਉਹ ਸਮਾਜ ਸੇਵੀ ਆ ਤੇ ਚਾਹੇ ਉਹ ਯੂਨੀਅਨ ਦਾ ਬੰਦਾ ਹਰ ਉਸ ਬੰਦੇ ਦੇ ਨਾਲ ਭਲਾਉ ਬੰਦਾ ਮੈਨੂੰ ਰੋਜ਼ ਰਾਤ ਨੂੰ ਗਾਲਾਂ ਕੱਢ ਕੇ ਪੈਂਦਾ ਹੋ ਵੀ ਮੈਂ ਉਸ ਬੰਦੇ ਦੀ ਸਪੋਰਟਰ ਆ ਜਿਹੜਾ ਮੇਰੇ ਪੰਜਾਬ ਦੇ ਯੂਥ ਨੂੰ ਬਚਾਉਣਾ ਚਾਹੁੰਦਾ ਜਿਹੜਾ ਮੇਰੇ ਪੰਜਾਬ ਦੇ ਯੂਥ ਦੇ ਭਲੇ ਲਈ ਗੱਲ ਕਰਦਾ ਹੁਣ ਤੁਸੀਂ ਇਹ ਦੇਖੋ ਮਰੇਰਕੋੜਲੇ ਦਾ ਆ ਜਿਹੜਾ ਮੁਸਲਮਾਨ ਸੀ ਹੁਣੇ ਇੱਕ ਹਾ ਦਾ ਨਾ ਦਾ ਮਾਰਿਆ ਸੀ ਨਾ ਸਾਬਜਾਦਿਆਂ ਲਈ ਜੀ ਤੇ ਉਹਨੂੰ ਵਰਕ ਹੀ ਮਿਲਿਆ ਸੀ ਹਮ ਕਿ ਮਰੇਰਕੋੜਲਾ ਵਸਦਾ ਰਹੇ ਅੱਜ ਲੱਖਾਂ ਲੋਕ ਮਰੇਰਕੋੜਲੇ ਦੀ ਧਰਤੀ ਤੇ ਜਾ ਕੇ ਨੱਕ ਮਸਤਕ ਹੁੰਦੇ ਕਿਉਂ ਹੁੰਦੇ ਆ ਕਿਉਂਕਿ ਉਹਨੇ ਉਸ ਮੱਤ ਜਦੀ ਅੱਗ ਦੇ ਵਿੱਚ ਹਾ ਦਾ ਨਾ ਦਾ ਮਾਰਿਆ ਸੀ ਹਮ ਬੇਸ਼ੱਕ ਉਹ ਬਚਾ ਨਹੀਂ ਸਕਿਆ ਪਰ ਉਹਨੇ ਹਾ ਦਾ ਨਾ ਦਾ ਤਾਂ ਇੱਕ ਮਾਰਿਆ ਸੀ ਨਾ ਜੀ ਅੱਜ ਉਹੀ ਇਨਸਾਨ ਆ ਜਿਹੜਾ ਮੈਂ ਉਸ ਇਨਸਾਨ ਦੀ ਕਦਰ ਕਰਦੀ ਆ ਜਿਹੜਾ ਇਨਸਾਨ ਅੱਜ ਮੱਚਦੀ ਅੱਗ ਦੇ ਵਿੱਚ ਹਾ ਦਾ ਨਾ ਦਾ ਵੀ ਮਾਰਦਾ ਨਸ਼ੇ ਵਾਲੇ ਵਾਲੇ ਜਿਹੜਾ ਕਹਿੰਦਾ ਕਿ ਉਹ ਬਚਾ ਲਓ ਪੰਜਾਬ ਦਾ ਯੂਥ ਜਿਹੜਾ ਉਹ ਨਸ਼ੇ ਦੇ ਰਾਹ ਪੈ ਗਿਆ ਸੋ ਇਹਦੇ ਲਈ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਫੇਰ ਕਹਨੀ ਆ ਇਹਦੇ ਲਈ ਕੋਈ ਪਾਰਟੀ ਕਿਸੇ ਪਾਰਟੀ ਦਾ ਨਮਾਇੰਦਾ ਭਾਵੇਂ ਮੇਰਾ ਕਟੜ ਦੁਸ਼ਮਣ ਭਲਾ ਮੈਨੂੰ ਦੋ ਵੇਲੇ ਗਾਲਾਂ ਦੇ ਕੇ ਪੈਂਦਾ ਜਿਹੜਾ ਬੰਦਾ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਮੈਂ ਉਸ ਹਰ ਇਨਸਾਨ ਦੀ ਕਰਜ਼ਦਾਰਾ ਰਹੀ ਨਹੀਂ ਆ ਮੈਂ ਉਸਾਰਨ ਇਨਸਾਨ ਦੀ ਹਰ ਉਸ ਇਨਸਾਨ ਅੱਗੇ ਮੈਂ 사ਜਦਾ ਕਰਦੀ ਆ ਹਰ ਉਸ ਇਨਸਾਨ ਦੀ ਮੇਰੇ ਸਪੈਕਟ ਕਰਦੀ ਆ ਹੂੰ ਜਿੱਦਾਂ ਇਹ ਕਈ ਸਰਪੰਚਾਂ ਦੇ ਬਿਆਨ ਕਈ ਪੰਚਾਂ ਦੇ ਬਿਆਨ ਕਈ ਹੋਰ ਜਿਹੜੇ ਅਹੁਦਿਆਂ ਦੇ ਉੱਤੇ ਲੋਕ ਬਰਾਜ਼ਮਾਨ ਹੈਗੇ ਆ ਉਹਨਾਂ ਦੇ ਬਿਆਨ ਆ ਰਹੇ ਸੀ ਕੁਲਵੀਰ ਜੀ ਦਾ ਦੇ ਨਾਲ ਅਸੀਂ ਗ੍ਰਿਫਤਾਰੀ ਦੇਵਾਂਗੇ ਪਰ ਉਹਨਾਂ ਨੂੰ ਚਲੋ ਥੜਕੇ ਘਰ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਹੁਣ ਲੱਗਦਾ ਕੀ ਹੈ ਮਾਹੌਲ ਕਿਸ ਤਰੀਕੇ ਦਾ ਬਣੇਗਾ ਕੀ ਹੋ ਸਕਦਾ ਹੈ ਅੱਜ ਅੱਜ ਵਾਲਾ ਦਿਨ ਬੜਾ ਅਹਿਮ ਰਹੂਗਾ ਪੰਜਾਬ ਲਈ ਕੀ ਲੱਗ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਅੱਜ ਕਈ ਲੋਕ ਹੋ ਸਕਦਾ ਹੈ ਸੜਕਾਂ ਤੇ ਨਿਕਲਣ ਕਿ ਸਾਨੂੰ ਗ੍ਰਿਫਤਾਰ ਕਰ ਲਿਆ ਜਾਵੇ ਜਾਂ ਕੁਝ ਵੀ ਦੇਖੋ ਬਾਈ ਜੀ ਜਿਹੜੀ ਇਹ ਵੀ ਨਾ ਇੱਕ ਸਿੱਕੇ ਦੇ ਦੋ ਪਹਿਲੂ ਹੈ ਮੈਂ ਦੋਨੇ ਹੀ ਤੁਹਾਨੂੰ ਦੱਸ ਦੇਣਾ ਚਾਹੁੰਨੀ ਜੀ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਸਰਦਾਰ 인ਦਰਜੀਤ ਸਿੰਘ ਜੀਰਾ ਜੀ ਜੋ ਕਿ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦਾ ਹੋਲਡ ਬਹੁਤ ਸੀ ਉਹ ਜੋ ਕਹਿੰਦੇ ਸੀ ਉਹ ਕਰਦੇ ਸੀ ਇੱਕ ਉਸ ਪਰਿਵਾਰ ਦਾ ਨੌਜਵਾਨ ਮੁੰਡਾ ਜੀ ਦੂਸਰੀ ਗੱਲ ਜਿਹੜੀ ਗੱਲ ਸਾਡੇ ਸਰਪੰਚਾਂ ਦੀ ਹੈ ਨਾ ਇਹ ਤਾਂ ਮੈਦਾਨ 'ਚ ਉੱਤਰਿਆਂ ਤੇ ਨਿਤਰਿਆਂ ਪਤਾ ਲੱਗਦਾ ਹੁੰਦਾ ਹਾਂ ਵੇ ਕੌਣ ਅਜ ਪੱਖ ਚ ਕੱਢਦੇ ਨੇ ਤੇ ਕੌਣ ਵਿਰੋਧ ਚ ਜਾਂਦੇ ਨੇ ਬਾਕੀ ਜੇ ਅਸੀਂ ਗੱਲ ਸਰਪੰਚਾਂ ਦੀ ਕਰੀਏ ਤਾਂ ਬਹੁਤ ਸਾਰੇ ਚਿਹਰੇ ਆਏ ਹੋਏ ਜਿਹੜਾ ਜਿਨ੍ਹਾਂ ਨੇ ਗ੍ਰਾਂਟਾਂ ਦੇ ਵਿੱਚ ਘਟਾਲੇ ਕੀਤੇ ਆ ਹੂੰ ਦੇਖੋ ਮੈਂ ਤੁਹਾਨੂੰ ਕਹਣਾ ਮੈਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਕਿੰਨੇ ਸਰਪੰਚਾਂ ਨੇ ਘਟਾਲੇ ਕੀਤੇ ਆ ਜਿਉ ਉਹ ਹੁਣ ਕਹਿਣ ਵੀ ਅਸੀਂ ਦੁੱਧ ਤੋਤੇ ਬਣ ਜਗੇ ਨਹੀਂ ਬਣਿਆ ਜਾਣ ਉਹਨਾਂ ਨੂੰ ਸਰਕਾਰ ਬੇਸ਼ੱਕ ਟੰਗ ਦਵੇ ਦੰਦ ਖਾਵੇ ਵੀ ਆ ਕੀਤਾ ਆ ਕੀਤਾ ਨਹੀਂ ਕਲਵੀਰ ਜੀਰਾ ਦੀ ਵੀ ਥਿਉਰੀ ਇਹੀ ਆ ਮੈਂ ਕਹਿੰਦੀ ਆ ਜੇ ਮੇਰੇ ਵੱਡੇ ਵੀਰ ਕਲਵੀਰ ਜੀਰਾ ਨੇ ਇਹ ਕੁਛ ਕੀਤਾ ਦੇਖੋ ਤੇ ਤੁਸੀਂ ਦਿਖਾਓ ਵੀ ਆ ਦੇਖੋ ਨਹੀਂ ਆ ਕੁਛ ਕੀਤਾ ਜਨਤਾ ਨੂੰ ਤਾਂ ਕੰਮ ਸੇ ਕੰਮ ਪਤਾ ਹੋਵੇ ਨਾ ਫਿਰ ਸਜ਼ਾ ਦੇ ਦੇ ਕੋਈ ਚੱਕਰ ਫਿਰ ਸਜ਼ਾ ਦੇ ਦੋ ਫਿਰ ਸਾਡੇ ਵਰਗੇ ਵੀ ਨਹੀਂ ਸਪੋਰਟ ਕਰਨਗੇ ਅਸੀਂ ਵੀ ਕਵਾਂਗੇ ਭਾਈ ਸਾਹਿਬ ਤੂੰ ਕੀਤੀ ਆ ਕੀਤੀ ਦਾ ਫਲ ਪਰ ਚੋਰਾ ਵਾਂਗੂ ਉਹਨੂੰ ਅਰੈਸਟ ਕਰਨਾ ਮੈਨੂੰ ਇਹ ਸਮਝ ਨਹੀਂ ਆਈ ਇੱਕ ਬੰਦਾ ਸ਼ਰਿਆਮ ਹਰ ਮੀਡੀਆ ਤੇ ਹਰ ਚੈਨਲ ਤੇ ਕਹਿ ਰਿਹਾ ਵੀ ਮੈਂ 17 ਤਰੀਕ ਨੂੰ ਆਪਦੀ ਗ੍ਰਿਫਤਾਰੀ ਦੇ ਰਿਆਂ ਜਦੋਂ ਉਹ ਬੰਦਾ ਗ੍ਰਿਫਤਾਰੀ ਦੇ ਰਿਹਾ ਜੇ 17 ਨੂੰ ਨਾ ਦਿੰਦਾ ਤੇ ਤੁਸੀਂ ਉਹਨੂੰ ਅਰੈਸਟ ਕਰਦੇ ਇਹ ਕੀ ਮਤਲਬ ਹਮ ਫੇ ਲਾਸਟ ਸਵਾਲ ਆਪਾਂ ਨੇ ਇਸ ਮਸਲੇ ਤੋਂ ਹਟ ਕੇ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਐਲਾਨ ਕੀਤਾ ਹੋਇਆ ਖੁੱਲੀ ਬਹਿਸ ਦਾ ਉਸ ਬਹਿਸ ਨੂੰ ਬਹਿਸ ਦੇ ਬਾਰੇ ਉਸ ਐਲਾਨ ਦੇ ਬਾਰੇ ਕੀ ਕਹੋਗੇ ਦੇਖੋ ਜੀ ਜਿਹੜੀ ਖੁੱਲੀ ਬਹਿਸ ਦਾ ਉਹਨਾਂ ਨੇ ਐਲਾਨ ਕੀਤਾ ਮੈਂ ਕਿ ਨਹੀਂ ਹੋਣੀ ਚਾਹੀਦੀ ਹਮ ਇਸ ਤਰ੍ਹਾਂ ਦੀਆਂ ਡਿਵੈਟਾਂ ਹੋਣੀਆਂ ਚਾਹੀਦੀਆਂ ਨਹੀਂ ਕਿਉਂ ਇਹਦੇ ਵਿੱਚ ਪਤਾ ਲੱਗਦਾ ਰਹਿੰਦਾ ਹਮ ਕਿ ਸਾਡੀ ਸਿਆਸਤ ਦਾ ਮਿਆਰ ਕਿੱਥੇ ਕਿੱਥੇ ਖੜਾ ਹਮ ਸਾਡੇ ਜਿਹੜੇ ਲੋਕ ਹਿੱਤਾਂ ਪੱਖੇ ਕੌਣ ਲੋਕ ਖੜੇ ਨੇ ਮੈਂ ਤਾਂ ਅੱਜ ਆਬ ਤੜਕੇ ਸਵੇਰ ਸੋਚ ਰਹੀ ਸੀ ਮੈਂ ਕਿ ਹਰ ਜ਼ਿਲ੍ਹੇ ਦੇ ਵਿੱਚ ਇਹ ਹੋਣਾ ਚਾਹੀਦਾ ਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਭਾਜਪਾ ਇਹਨਾਂ ਦੇ ਲੀਡਰਾਂ ਨੂੰ ਇੱਕ ਸਾਥ ਦੇ ਵਿੱਚ ਲੈਣਾ ਚਾਹੀਦਾ ਸਾਥ ਦੇ ਵਿੱਚ ਲੈ ਕੇ ਡਿਬੇਟਾਂ ਰੱਖਣੀਆਂ ਚਾਹੀਦੀਆਂ ਇਹਨਾਂ ਲੀਡਰਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਕਿਉਂ ਅਸੀਂ ਲੋਕ ਸੌਂ ਜਾਂਦੇ ਆ ਅਸੀਂ ਇੱਕ ਵਾਰਾ ਨਮਾਇੰਦਾ ਚੁਣ ਕੇ ਅਸੀਂ 4 ਸਾਲ ਤੇ 11 ਮਹੀਨਿਆਂ ਲਈ ਸੁੱਤੇ ਰਹਿੰਨੇ ਆ ਸਾਡੇ ਭਲਾ ਭਿਓ ਬਿਓ 6:00 ਵਜੇ ਜਾਣਾ ਸੀ ਤਾਂ ਵੀ ਨਹੀਂ ਉੱਠਦੇ ਅੱਜ ਕਹਿੰਦੇ ਕੋਈ ਨਹੀਂ 5 ਸਾਲ ਬਾਅਦ ਵੋਟਾਂ ਆਣੀਆਂ ਅਸੀਂ ਉਦੋਂ ਦੇਖਾਂਗੇ ਉਹ ਉਦੋਂ 5 ਸਾਲਾਂ ਬਾਅਦ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਣੀ ਹੈ ਸੋ ਇਹ ਜਿਹੜੇ ਖੁੱਲੇ ਵਿਚਾਰ ਹੋਣੇ ਬੰਦੇ ਨਹੀਂ ਚਾਹੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੋਣ ਚਾਹੇ ਉਹ ਭਗਵੰਤ ਮਾਨ ਸਾਹਿਬ ਹੋਣ ਚਾਹੇ ਉਹ ਰਾਜਾ ਬਰੈਂਗਸਾ ਵੱਲੋਂ ਹੁਣ ਜੀ ਤੇ ਚਾਹੇ ਮੈਗਨੀ ਸੈਂਟਰ ਦੀ ਲੀਡਰਸ਼ਿਪ ਵੱਲੋਂ ਹੋਣ ਕਿਉਂਕਿ ਜੇ ਅਸੀਂ ਲੋਕਤੰਤਰੀ ਰਾਜ ਨੂੰ ਕਾਇਮ ਰੱਖਣਾ ਨਾ ਤੇ ਇਹ ਵਿਚਾਰ ਹੋਣੇ ਬੰਦ ਹੀ ਆ ਤੇ ਇਹ ਵਿਚਾਰ ਹੋਣੇ ਵੀ ਚਾਹੀਦੇ ਨੇ ਤੇ ਨਾਲ ਇਹ ਆ ਜਿਹੜੇ ਬੰਦੇ ਚ ਦੋਸ਼ੀ ਤੇ ਗੁਨਾਹਗਾਰ ਪਾਈ ਜਾਂਦੇ ਆ ਚਾਹੇ ਉਹ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਕਿਉਂ ਨਾ ਹੋਣ ਉਹਨਾਂ ਨੂੰ ਸਜਾਵਾਂ ਵੀ ਮਿਲਣੀਆਂ ਚਾਹੀਦੀਆਂ ਪਰ ਇਸ ਤਰ੍ਹਾਂ ਚੋਰਾ ਵਾਂਗੂ ਜਾ ਕੇ ਜਿਵੇਂ ਪਹਿਲਾਂ ਸੁਖਪਾਲਖ ਖਹਿਰਾ ਨੂੰ ਅਰੈਸਟ ਕੀਤਾ ਗਿਆ ਚਲੋ ਉਹਦਾ ਤਾਂ ਮੈਨੂੰ ਪਤਾ ਲੱਗਾ ਪਿੱਛੇ ਕਿ ਉਹਦੀਆਂ ਅਕਾਲ ਡਿਟੇਲ ਆ ਜਿਹੜੀਆਂ ਉਹਨਾਂ ਚਾ ਜਿਹੜੇ ਸਮਗਰ ਅਸੀਂ ਉਹਨਾਂ ਦੇ ਨਾਲ ਟਰੇਸ ਹੋਈਆਂ ਨੇ ਸੋ ਉਹਨੂੰ ਮੈਂ ਬਹੁਤੀ ਇਸ ਗੱਲ ਨੂੰ ਤਜੀ ਨਹੀਂ ਦੇਵਾਂਗੀ ਕਿਉਂਕਿ ਜਿਹੜਾ ਨਸ਼ਾ ਵੇਚਦਾ ਉਹ ਸਮਾਜ ਦਾ ਦੁਸ਼ਮਣ ਬਾਅਦ ਚਾ ਪਹਿਲਾਂ ਮੇਰਾ ਦੁਸ਼ਮਣ ਆ ਸੋ ਕਲਵੀਰ ਜੀ ਜਿਹੜਾ ਇਹ ਚੀਜ਼ ਇਹ ਚੀਜ਼ ਕਿਸੇ ਨੂੰ ਬਹੁਤੀ ਹਾਜ਼ਮ ਨਹੀਂ ਹੋਈ ਇਹਨੇ ਅਨੇਕਾਂ ਸਵਾਲ ਖੜੇ ਕਰਤੇ ਹਮ ਧੰਨਵਾਦ ਭੈਣ ਜੀ ਤੁਸੀਂ ਸਮਾਂ ਦਿੱਤਾ ਬਿਲਕੁਲ ਸੰਜੀਤ ਜੀ ਵਿਚਾਰਾਂ ਸਾਰੀਆਂ ਹੀ ਹੋਈਆਂ ਨੇ ਕੁਝ ਸਮੇਂ ਦੇ ਵਿੱਚ ਜਾਂ ਆਪਾਂ ਕਹ ਲਈ ਘੱਟ ਸਮੇਂ ਦੇ ਵਿੱਚ ਵੱਡੀਆਂ ਗੱਲਾਂ ਕਹਿਣ ਦਾ ਯਤਨ ਕੀਤਾ ਤੇ ਤੁਸੀਂ ਇਹਨਾਂ ਵਿਚਾਰਾਂ ਦੇ ਨਾਲ ਕਿੰਨੇ ਸਹਿਮਤ ਜਾਂ ਅਸਹਿਮਤ ਹੋ ਤੇ ਸਰਕਾਰ ਦੀਆਂ ਇਹਨਾਂ ਕਾਰਵਾਈਆਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਨਾ ਮੈਂ ਜਲਦ ਹੋਰ ਮੁੱਦੇ ਤੇ ਹੋਰ ਸਿੱਖਿਆਤ ਨੂੰ ਲੈ ਕੇ ਆਪਜੀ ਦੇ ਰੂਬਰੂ ਹੋਵਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ